ਸੀਵਰੇਜ ਦੀ ਜਿਹੜੀ ਬਹੁਤ ਹੀ ਵੱਡੀ ਸਮੱਸਿਆ ਮੈਂ ਕਹੂੰਗੀ ਕਿ ਇਦੋਂ ਵੱਡੀ ਸਮੱਸਿਆ ਸੰਗਰੂਰ ਸ਼ਹਿਰ ਦੇ ਲੋਕਾਂ ਨੂੰ ਕੋਈ ਵੀ ਨਹੀਂ ਹੈਗੀ ਔਰ ਇਹਦਾ ਕਾਰਨ ਇਹ ਹੈ ਕਿ ਜਿਹੜਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜਾ 2016 ਦੇ ਵਿੱਚ ਸਪੁਰਜੀ ਕੰਪਨੀ ਨੂੰ ਸ਼ਹਿਰ ਜਿਹੜਾ 10 ਸਾਲ ਦੇ ਲਈ ਜਿਹੜਾ ਸੰਭਾਲ ਦਿੱਤਾ ਗਿਆ ਤੇ ਜਿਹਦਾ ਕਿ ਕੋਈ ਵਾਲੀ ਵਾਰਸ ਨਹੀਂ ਹੈਗਾ ਸੰਗਰੂਰ ਤੇ ਧੂਰੀ ਦੋਨੋਂ ਸ਼ਹਿਰ ਜਿਹੜੇ ਉਸ ਕੰਪਨੀ ਕੋਲ 10 ਸਾਲ ਦੇ ਲਈ ਨੇ ਨਾ ਉਹਨਾਂ ਕੋਲ ਕੋਈ ਪ੍ਰੋਪਰ ਜਿਹੜਾ ਸਟਾਫ ਹੈ ਨਾ ਕੁਝ ਹੋਰ ਹੈ ਸੋ ਉਹਨੂੰ ਕਿਵੇਂ ਅਸੀਂ ਜਿਹੜਾ ਬਾਹਰ ਦਾ ਰਸਤਾ ਦਿਖਾਉਣਾ ਇਹਦੇ ਤੇ ਮੈਂ ਹਜੇ ਨਹੀਂ ਬੋਲੂੰਗੀ ਜਦੋਂ ਸਾਡਾ ਜਿਹੜਾ ਉਹ ਲੀਗਲੀ ਪ੍ਰੋਸੈਸ ਜਿਹੜਾ ਕੰਪਲੀਟ ਹੋ ਗਿਆ ਬੜੀ ਜਲਦੀ ਅਸੀਂ ਉਹਨੂੰ ਜਿਹੜਾ ਰਸਤਾ ਸਾਨੂੰ ਮਿਲ ਗਿਆ ਉਹ ਰਸਤਾ ਕਲੀਅਰ ਕਰਨ ਲੱਗੇ ਆ ਜਦੋਂ ਹੀ ਉਹ ਰਸਤਾ ਕਲੀਅਰ ਹੋ ਗਿਆ ਤਾਂ ਮੈਂ ਮੀਡੀਆ ਦੇ ਮੁਖਾਤਬ ਹੋ ਕੇ ਸਾਰੇ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਔਰ ਅੱਜ ਵੀ ਤੁਸੀਂ ਦੇਖੋ ਸਟੇਟਮੈਂਟ ਲੱਗੀ ਅੱਜ ਨਗਰ ਨਿਗਮਾਂ ਦੀ ਲੱਗੀ ਆ ਔਰ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਨਗਰ ਕੌਂਸਲਾਂ ਦਾ ਜਿਹੜਾ ਹੋ ਚੁੱਕਿਆ ਨਗਰ ਪੰਚਾਇਤਾਂ ਦਾ ਹੋ ਚੁੱਕਿਆ ਸੋ ਇਲੈਕਸ਼ਨਾਂ ਕਰਾਵਾਂਗੇ ਡੈਮੋਕ੍ਰੇਸੀ ਆ ਤੇ ਐਮਸੀਆਂ ਦਾ ਵੀ ਰਾਈਟ ਆ ਉਹ ਵੀ ਲੋਕਾਂ ਦੀ ਸੇਵਾ ਕਰਨ ਮੇਰਾ ਤਾਂ ਕੰਮ ਕਰੂਗਾ ਸਗੋਂ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਬਰਸਾਤ ਦੇ ਦੌਰਾਨ ਜਾਂ ਜਿਹੜੀ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਸੋ ਉਸ ਨੂੰ ਮੱਦੇਨਜ਼ਰ ਜਿਹੜਾ ਅਸੀਂ ਜਿਹੜੀ ਮੈਂ ਗੱਲ ਕਰਾਂ ਤਾਂ ਅੱਜ ਤਕਰੀਬਨ ਅਸੀਂ ਕੱਲ੍ਹ ਤੇ ਅੱਜ 2 ਦਿਨਾਂ ਦੇ ਵਿੱਚ 2 ਕਰੋੜ ਜਿਹੜਾ 76 ਲੱਖ ਦੇ ਜਿਹੜੇ ਉਦਘਾਟਨ ਕੀਤੇ ਨੇ ਜਿਹਦੇ ਵਿੱਚ ਜਿਹੜੀਆਂ ਗਲੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਖਸਤਾ ਹਾਲਤ ਸੀ ਜਾਂ ਸੋਈਆਂ ਰੋਡ ਜਿੱਥੇ ਪਾਣੀ ਬਹੁਤ ਖੜ ਜਾਂਦਾ ਸੀ ਸੋ ਉੱਥੇ ਜਿਹੜੀਆਂ ਪਾਣੀ ਦੀ ਜਿਹੜੀ ਨਿਕਾਸੀ ਲਈ ਬਰਸਾਤੀ ਜਿਹੜਾ ਪਾਣੀ ਹੈ ਉਹਨੂੰ ਉਹਦੀ ਨਿਕਾਸੀ ਲਈ ਔਰ ਜਿਹੜੀਆਂ ਸਾਈਡਾਂ ਤੋਂ ਬਰਮਾਂ ਨੇ ਜਿਹੜੇ ਕੱਚੀਆਂ ਨੇ ਉਹਨਾਂ ਨੂੰ ਪੱਕੀਆਂ ਕਰਨ ਦੇ ਲਈ ਜਿਹੜੇ ਅੱਜ ਜਿਹੜੇ ਉਦਘਾਟਨ ਜਿਹੜੇ ਕੀਤੇ ਗਏ ਨੇ ਸੋ ਹਰ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜ ਨੇ ਉਹ ਅਸੀਂ ਜਿਹੜੇ ਆਰੰਭੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸਪੀਡ ਹੈ ਜਿਹੜੀ ਕਈ ਗੁਣਾ ਬਾਜ਼ਾਰਾਂ ਦੇ ਵਿੱਚ ਵੀ ਜਿਹੜੀ ਰੇਨ ਵਾਟਰ ਡਰੇਨਿੰਗ ਨੂੰ ਲੈ ਕੇ ਵੱਡੇ ਪੱਧਰ ਤੇ ਸਮੱਸਿਆ ਆਉਂਦੀ ਹੈ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਨਹੀਂ ਅਸਲ 'ਚ ਜਿਹੜਾ ਰੇਨ ਵਾਟਰ ਦਾ ਜਿਹੜਾ ਹੈਗਾ ਇਹ ਪੂਰੇ ਪੰਜਾਬ ਦੀ ਸਮੱਸਿਆ ਹੈਗੀ ਹੈ ਕਿਤੇ ਵੀ ਜਿਹੜਾ ਬਰਸਾਤੀ ਪਾਣੀ ਹੈ ਉਹਨੂੰ ਉਹਦੀ ਨਿਕਾਸੀ ਦਾ ਜਿਹੜਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਥੋੜਾ ਥੋੜਾ ਜਿਹੜੀ ਸ਼ੁਰੂਆਤ ਕਰਦੇ ਜਾਈਏ ਤੇ ਸੰਗਰੂਰ ਦੇ ਵਿੱਚ ਕਿਤੇ ਵੀ ਜਿਹੜਾ ਬਰਸਾਤੀ ਪਾਣੀ ਹੈ ਜੇ ਉਹ ਨਾ ਰੁਕੇ ਤਾਂ ਉਹਦਾ ਜਿਹੜਾ ਪ੍ਰਬੰਧ ਕਰਨ ਦੇ ਵਿੱਚ ਲੱਗੇ ਆ ਤੇ ਇਸੇ ਤਰ੍ਹਾਂ ਅੱਜ ਜਿਹੜਾ ਉਹਦੀ ਸ਼ੁਰੂਆਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਵੀ ਦਿੱਕਤ ਆ ਰਹੀ ਹੈ ਉਹਨੂੰ ਜਿਹੜਾ ਹੱਲ ਕਰਦੇ ਜਾਓ ਸੀਵਰੇਜ ਦੀ ਵੱਡੇ ਪੱਧਰ ਦੇ ਉੱਤੇ ਸਮੱਸਿਆ ਦੇਖਣ ਨੂੰ ਮਿਲਦੀ ਹੈ ਓਵਰਫਲੋ ਹੋ ਜਾਂਦਾ ਹੈ ਲੋਕਾਂ ਦੇ ਕਹਿੰਦੇ ਬੈਂਕ ਆ ਜਾਂਦਾ ਉਸ ਚੀਜ਼ ਨੂੰ ਕਿਸ ਤਰ੍ਹਾਂ ਸੀਵਰੇਜ ਦੀ ਜਿਹੜੀ ਬਹੁਤ ਹੀ ਵੱਡੀ ਸਮੱਸਿਆ ਮੈਂ ਕਹੂੰਗੀ ਕਿ ਇਦੋਂ ਵੱਡੀ ਸਮੱਸਿਆ ਸੰਗਰੂਰ ਸ਼ਹਿਰ ਦੇ ਲੋਕਾਂ ਨੂੰ ਕੋਈ ਵੀ ਨਹੀਂ ਹੈਗੀ ਔਰ ਇਹਦਾ ਕਾਰਨ ਇਹ ਹੈ ਕਿ ਜਿਹੜਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜਾ 2016 ਦੇ ਵਿੱਚ ਸਪੁਰਜੀ ਕੰਪਨੀ ਨੂੰ ਸ਼ਹਿਰ ਜਿਹੜਾ 10 ਸਾਲ ਦੇ ਲਈ ਜਿਹੜਾ ਸੰਭਾਲ ਦਿੱਤਾ ਗਿਆ ਤੇ ਜਿਹਦਾ ਕਿ ਕੋਈ ਵਾਲੀ ਵਾਰਸ ਨਹੀਂ ਹੈਗਾ ਸੰਗਰੂਰ ਤੇ ਧੂਰੀ ਦੋਨੋਂ ਸ਼ਹਿਰ ਜਿਹੜੇ ਉਸ ਕੰਪਨੀ ਕੋਲ 10 ਸਾਲ ਦੇ ਲਈ ਨੇ ਨਾ ਉਹਨਾਂ ਕੋਲ ਕੋਈ ਪ੍ਰੋਪਰ ਜਿਹੜਾ ਸਟਾਫ ਹੈ ਨਾ ਕੁਝ ਹੋਰ ਹੈ ਸੋ ਉਹਨੂੰ ਕਿਵੇਂ ਅਸੀਂ ਜਿਹੜਾ ਬਾਹਰ ਦਾ ਰਸਤਾ ਦਿਖਾਉਣਾ ਇਹਦੇ ਤੇ ਮੈਂ ਹਜੇ ਨਹੀਂ ਬੋਲੂੰਗੀ ਜਦੋਂ ਸਾਡਾ ਜਿਹੜਾ ਉਹ ਲੀਗਲੀ ਪ੍ਰੋਸੈਸ ਜਿਹੜਾ ਕੰਪਲੀਟ ਹੋ ਗਿਆ ਬੜੀ ਜਲਦੀ ਅਸੀਂ ਉਹਨੂੰ ਜਿਹੜਾ ਰਸਤਾ ਸਾਨੂੰ ਮਿਲ ਗਿਆ ਉਹ ਰਸਤਾ ਕਲੀਅਰ ਕਰਨ ਲੱਗੇ ਆ ਜਦੋਂ ਹੀ ਉਹ ਰਸਤਾ ਕਲੀਅਰ ਹੋ ਗਿਆ ਤਾਂ ਮੈਂ ਮੀਡੀਆ ਦੇ ਮੁਖਾਤਬ ਹੋ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੀ ਉਹਦੀ ਖਬਰ ਕਿ ਉਹਨਾਂ ਨੂੰ ਹਟਾ ਕੇ ਕੋਈ ਕੰਟਰੈਕਟ ਕਿਸੇ ਹੋਰ ਨੂੰ ਦਿੱਤੇ ਜਾ ਰਹੇ ਨਹੀਂ ਸਾਡੇ ਕੋਲ ਨਗਰ ਕੌਂਸਲ ਹੈਗੀ ਹੈ ਸੀਵਰੇਜ ਬੋਰਡ ਹੈਗਾ ਸਾਡੇ ਕੋਲ ਅਦਾਰੇ ਹੈਗੇ ਨੇ ਡਿਪਾਰਟਮੈਂਟ ਹੈਗੇ ਨੇ ਉਹ ਜਿਹੜੇ ਸੰਭਾਲਦੇ ਐਮਸੀ ਦੀ ਵੋਟਾਂ ਦੀ ਗੱਲ ਕਰੀਏ ਤਾਂ ਐਮਸੀ ਦੀ ਵੋਟਾਂ ਸੰਗਰੂਰ ਚੋਰੀ ਬਿਲਕੁਲ ਹੋਣਗੀਆਂ ਜੀ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਔਰ ਅੱਜ ਵੀ ਤੁਸੀਂ ਦੇਖੋ ਸਟੇਟਮੈਂਟ ਲੱਗੀ ਅੱਜ ਨਗਰ ਨਿਗਮਾਂ ਦੀ ਲੱਗੀ ਹੈ ਔਰ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਨਗਰ ਕੌਂਸਲਾਂ ਦਾ ਜਿਹੜਾ ਹੋ ਚੁੱਕਿਆ ਨਗਰ ਪੰਚਾਇਤਾਂ ਦਾ ਹੋ ਚੁੱਕਿਆ ਸੋ ਇਲੈਕਸ਼ਨਾਂ ਕਰਾਵਾਂਗੇ ਡੈਮੋਕ੍ਰੇਸੀ ਆ ਤੇ ਐਮਸੀਆਂ ਦਾ ਵੀ ਰਾਈਟ ਆ ਉਹ ਵੀ ਲੋਕਾਂ ਦੀ ਸੇਵਾ ਕਰਨ ਮੇਰਾ ਤਾਂ ਕੰਮ ਕਰੂਗਾ ਸਗੋਂ